ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਟ੍ਰੈਵਲਰ ਕਿਕਸ 'ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਆਪਣਾ ਸੌਕਰਨ ਸਿੰਘ ਧੂਰ, ਅਤੇ ਆਪਾਂ ਅੱਜ ਕਰਨ ਲੱਗੇ ਆਪਣੇ ਨਵੇਂ ਸਫ਼ਰਾਂ ਦੀ ਸ਼ੁਰੂਆਤ। ਅਤੇ ਨਵੇਂ ਸਫ਼ਰਾਂ ਦੀ ਸ਼ੁਰੂਆਤ ਆਪਾਂ ਕਰਾਂਗੇ ਪਠਾਨਕੋਟ ਤੋਂ। ਅਤੇ ਪਠਾਨਕੋਟ ਦੇ ਵਿੱਚ ਜੇ ਆਪਾਂ ਕਹੀਏ ਤਾਂ ਪਹਿਲਾਂ ਵੀ ਆਏ ਸੀ ਆਪਾਂ ਡੇਢ ਸਾਲ ਮਿੰਨੀ ਗੋਆ ਵਿਖੇ। ਮਿੰਨੀ ਗੋਆ ਬਣਿਆ ਹੋਇਆ ਚਰਮੌਰ ਦੇ ਇਲਾਕੇ ਦੇ ਵਿੱਚ। ਅਤੇ ਲਓ ਜੀ, ਆਪਾਂ ਪਹੁੰਚ ਚੁੱਕੇ ਹਾਂ ਮਿੰਨੀ ਗੋਆ, ਜਿਹੜਾ ਕਿ ਪੰਜਾਬ ਦਾ ਮਿੰਨੀ ਗੋਆ ਹੈ। ਅਤੇ ਆਪਾਂ ਨੂੰ ਸਟਾਲਸ ਜਿਹੜੀਆਂ ਲੱਗੀਆਂ ਅਲੱਗ ਅਲੱਗ ਤਰ੍ਹਾਂ ਦੀਆਂ ਦਿਸਣੀਆਂ ਸ਼ੁਰੂ ਹੋ ਚੁੱਕੀਆਂ ਨੇ। ਪਹਿਲਾਂ ਨਾਲੋਂ ਹੁਣ ਕਾਫ਼ੀ ਜ਼ਿਆਦਾ ਇੱਥੇ ਡਿਵੈਲਪਮੈਂਟ ਜਿਹੜੀ ਹੋ ਚੁੱਕੀ ਆ, ਜਿਹਦੇ ਕਰਕੇ ਆਪਾਂ ਨੂੰ ਦੁਬਾਰਾ ਇੱਥੇ ਆਉਣਾ ਆਪਾਂ ਚੰਗਾ ਸਮਝਿਆ। ਅਤੇ ਜੇ ਆਪਾਂ ਚਰਮੌਰ ਇਲਾਕੇ ਦੀ ਗੱਲ ਕਰੀਏ ਤਾਂ ਮਿੰਨੀ ਗੋਆ ਦੇ ਕਰਕੇ ਕਾਫ਼ੀ ਜ਼ਿਆਦਾ ਡਿਵੈਲਪ ਹੋ ਰਿਹਾ, ਕਿਉਂਕਿ ਬਹੁਤ ਸਾਰੇ ਜਿਹੜੇ ਟੂਰਿਸਟ ਹੈਗੇ ਉਹ ਇੱਥੇ ਆਉਣੇ ਸ਼ੁਰੂ ਹੋ ਚੁੱਕੇ ਆ। ਅਤੇ ਪਠਾਨਕੋਟ ਦੇ ਵਿੱਚ ਜੇ ਆਪਾਂ ਗੱਲ ਕਰਦੇ ਹਾਂ ਤਾਂ ਧਾਰ ਕਲਾਂ ਦੇ ਬਿਲਕੁਲ ਨੇੜੇ ਆ। ਅਤੇ ਜੇ ਆਪਾਂ ਕਹੀਏ ਤਾਂ ਆਪਾਂ ਧਾਰ ਕਲਾਂ ਦਾ ਜਿਹੜਾ ਮੇਨ ਚੌਂਕ ਆ, ਆਪਾਂ ਲਾਸਟ 'ਤੇ ਜਾਂਦੇ ਜਾਂਦੇ ਤੁਹਾਨੂੰ ਵੀਡੀਓ ਦੀ ਅਖੀਰ 'ਤੇ ਵਿਖਾਵਾਂਗੇ ਉਸ ਚੌਂਕ ਤੋਂ, ਜਿਹੜਾ ਚਰਮੌਰ ਦਾ ਇਲਾਕਾ ਹੈਗਾ ਜਿੱਥੇ ਆਪਾਂ ਹੁਣ ਮਿੰਨੀ ਗੋਆ ਦੇ ਵਿੱਚ ਹੈਗੇ ਹਾਂ। ਤਾਂ ਆਪਾਂ ਇਹਦੀ ਗੱਲ ਕਰਦੇ ਵੀ ਇਹ ਧਾਰ ਕਲਾਂ ਦਾ ਜਿਹੜਾ ਚਰਸਤਾ ਚੌਂਕ ਬਣਦਾ, ਚਰਸਤਾ ਹੈਗਾ, ਚੌਂਕ ਆ ਜਿਹੜਾ ਮੇਨ, ਉਹਦੇ ਬਿਲਕੁਲ ਨੇੜਿਓਂ ਆਪਾਂ ਥੱਲੇ ਨੂੰ ਕੱਟ ਲੈਂਦੇ ਹਾਂ ਅਤੇ ਉੱਥੋਂ ਅੱਗੇ ਆ ਕੇ 7-8 ਕਿਲੋਮੀਟਰ ਆਪਾਂ ਨੂੰ ਇਹ ਜਿਹੜਾ ਇਲਾਕਾ ਵੇਖਣ ਨੂੰ ਮਿਲਦਾ। ਅਤੇ ਇੱਥੇ ਜਿਵੇਂ ਮੈਂ ਗੱਲ ਕਰ ਰਿਹਾ ਸੀ, ਕਾਫ਼ੀ ਐਕਟੀਵਿਟੀ ਸ਼ੁਰੂ ਹੋ ਚੁੱਕੀਆਂ ਨੇ, ਜਿਵੇਂ KTM ਬਾਈਕ ਜਿਹੜੇ ਚੱਲ ਰਹੇ ਆ ਸਾਹਮਣੇ ਰੈਂਟਲ, ਅਤੇ ਕਾਫ਼ੀ ਜਿਹੜੇ ਟੂਰਿਸਟ ਹੁਣ ਇੱਥੇ ਮਜ਼ੇ ਲੈਂਦੇ ਆ। ਪਹਿਲਾਂ ਐਕਟੀਵਿਟੀ ਪੁਆਇੰਟ ਦੀ ਕਮੀ ਸੀ ਜਦੋਂ ਲਾਸਟ ਵੀਡੀਓ ਜੇ ਤੁਸੀਂ ਆਪਣੇ ਚੈਨਲ 'ਤੇ ਵੇਖੋਗੇ ਤਾਂ, ਹੁਣ ਐਕਟੀਵਿਟੀਜ਼ ਕਾਫ਼ੀ ਵੱਧ ਚੁੱਕੀਆਂ ਨੇ। ਅੱਗੇ ਟੂਰਿਸਟ ਵੀ ਟਾਵੇਂ ਟਾਵੇਂ ਆਉਂਦੇ ਹੁੰਦੇ ਸੀ, ਹੁਣ ਟੂਰਿਸਟਾਂ ਦੀ ਵੀ ਇੱਥੇ ਜਿਹੜੀ ਭਰਮਾਰ ਉਹ ਲੱਗੀ ਰਹਿੰਦੀ ਆ। ਜੇ ਗੱਲ ਕਰੀਏ ਤਾਂ ਪੰਜਾਬ ਨੂੰ ਇੱਕ ਬਹੁਤ ਹੀ ਵਧੀਆ ਟੂਰਿਸਟ ਸਪੋਰਟ ਜਿਹੜੀ ਮਿਲ ਚੁੱਕੀ ਹੈਗੀ, ਬਸ ਇੱਥੇ ਦੋ ਚੀਜ਼ਾਂ ਦੀ ਕਮੀ ਆ। ਇੱਕ ਤਾਂ ਸਰਕਾਰ ਵੱਲੋਂ ਥੋੜ੍ਹਾ ਉੱਦਮ ਕਰਨਾ ਬਣਦਾ ਵੀ ਇਹਨੂੰ ਹੋਰ ਡਿਵੈਲਪਮੈਂਟ ਇਹਦੀ ਕੀਤੀ ਜਾ ਸਕੇ, ਜਿਵੇਂ ਕਿ ਰਸਤੇ ਦੀ ਕਹਿ ਲਓ ਜਾਂ ਇੱਥੇ ਦੀ ਕਹਿ ਲਓ। ਹਾਂ, ਡਿਵੈਲਪਮੈਂਟ ਦੇ ਨਾਂ 'ਤੇ ਮੈਂ ਇੱਕ ਚੀਜ਼ ਹੋਰ ਦੱਸਦਾ ਕਿ ਇੱਥੇ ਬਹੁਤ ਵਧੀਆ ਰਿਜ਼ੋਰਟ 2 ਬਣ ਰਹੇ ਆ, ਅਤੇ ਜੇ ਉਹ ਰਿਜ਼ੋਰਟ ਬਣ ਜਾਂਦੇ, ਕੰਪਲੀਟ ਹੋ ਜਾਂਦੇ ਆ, ਤਾਂ ਮੈਨੂੰ ਪੂਰੀ ਉਮੀਦ ਆ ਵੀ ਪੰਜਾਬ ਦੇ ਜਿਹੜੇ ਆਪਣੇ ਟੂਰਿਜ਼ਮ ਨੂੰ ਪਸੰਦ ਕਰਨ ਵਾਲੇ ਲੋਕ ਹੈਗੇ ਉਹ ਜ਼ਰੂਰ ਇੱਥੇ ਵਿਜ਼ਿਟ ਕਰਨਗੇ। ਇੱਕ ਤਾਂ ਇਹ ਪੰਜਾਬ ਦੇ ਬਿਲਕੁਲ ਨੇੜੇ ਰਹੂਗਾ, ਇੱਕ ਹਿਮਾਚਲ ਤੋਂ ਬਾਹਰ ਰਹੂਗਾ। ਅਤੇ ਆਪਾਂ ਇਸ ਵਾਰ ਜਿਹੜਾ ਟੂਰਿਜ਼ਮ ਆਪਾਂ ਸ਼ੁਰੂ ਕਰ ਰਹੇ ਹਾਂ ਆਪਣਾ ਟ੍ਰਿਪ ਹੈਗਾ, ਤਾਂ ਉਹ ਆਪਾਂ ਹਿਮਾਚਲ ਦਾ ਨਹੀਂ ਕਰ ਰਹੇ। ਇਸ ਵਾਰ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ ਇੱਕ ਬਹੁਤ ਹੀ ਵਿਲੱਖਣ ਜਗ੍ਹਾ 'ਤੇ, ਪਟਨੀ ਟੋਪ, ਜਿਹੜਾ ਕਿ ਜੰਮੂ ਤੋਂ ਅੱਗੇ ਜਾ ਕੇ ਆ। ਅਤੇ ਆਪਾਂ ਪਟਨੀ ਟੋਪ ਬਾਰੇ ਜਿਹੜੀਆਂ ਗੱਲਾਂ ਨੇ ਉਹ ਬਾਅਦ 'ਚੋਂ ਉੱਥੇ ਜਾ ਕੇ ਕਰਾਂਗੇ, ਅਤੇ ਤੁਹਾਨੂੰ ਉਹਦੇ ਬਾਰੇ ਥੋੜ੍ਹਾ ਦੱਸਾਂਗੇ ਵੀ ਉਹ ਹਿਮਾਚਲ ਤੋਂ ਵੱਖਰਾ ਹੈ ਅਤੇ ਉੱਥੇ ਆਪਣੇ ਜਾਣ ਦੇ ਕੀ ਕਾਰਨ ਆ। ਅਤੇ ਆਪਾਂ ਪਹਿਲਾਂ ਜਿਵੇਂ ਤੁਹਾਨੂੰ ਦੱਸ ਰਹੇ ਸੀ ਵੀ ਕਾਫ਼ੀ ਡਿਵੈਲਪਮੈਂਟ ਹੋ ਚੁੱਕੀ ਆ, ਸਟੋਲ ਵਗੈਰਾ ਲੱਗੀਆਂ ਹੋਈਆਂ ਨੇ ਅਤੇ ਕਾਫ਼ੀ ਜਿਹੜੀਆਂ ਐਕਟੀਵਿਟੀਜ਼ ਉਹ ਵੀ ਇੱਥੇ ਆ ਚੁੱਕੀਆਂ ਨੇ। ਅਤੇ ਜੇ ਨਜ਼ਾਰਿਆਂ ਦੀ ਗੱਲ ਕਰੀਏ ਤਾਂ ਜਿਵੇਂ ਲੇਕ ਦੇ ਨਜ਼ਾਰੇ ਆ ਉਹ ਵੱਖਰੇ ਹੀ ਨੇ। ਅਤੇ ਜਿਹੜਾ ਮੈਂ ਰਿਜ਼ੋਰਟ ਦੀ ਗੱਲ ਕਰਦਾ ਇਸ ਤੋਂ ਉੱਪਰ ਆਪਾਂ ਨੂੰ ਉਹ ਰਿਜ਼ੋਰਟ ਵੇਖਣ ਨੂੰ ਮਿਲ ਰਿਹਾ ਹੈ ਜਿਹੜਾ ਉੱਪਰ ਸਾਹਮਣੇ ਵਿਖਾਈ ਦੇ ਰਿਹਾ ਕੈਮਰੇ ਦੇ ਵਿੱਚ। ਐਕਟੀਵਿਟੀਜ਼ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਮੈਨੂੰ ਇੱਥੋਂ ਦੀ ਜਿਹੜੀ ਐਕਟੀਵਿਟੀ ਮੇਰੇ ਸ਼ੌਕ ਦੇ ਅਕੋਰਡਿੰਗਲੀ ਜਿਹੜੀ ਇਹਨਾਂ ਨੇ ਸ਼ੂਟਿੰਗ ਦੇ ਲਈ ਗਨ ਰੱਖੀ ਉਹ ਬਹੁਤ ਵਧੀਆ, ਅਤੇ ਮੈਨੂੰ ਉਹ ਬਹੁਤ ਵਧੀਆ ਲੱਗੀ। ਮੈਂ ਉਹਦੇ ਨਾਲ ਕੁਛ ਜਿਵੇਂ ਤੁਸੀਂ ਕਹੋ ਫਾਇਰਿੰਗ ਕੀਤੀ ਤਾਂ ਮੈਨੂੰ ਬੜਾ ਆਨੰਦ ਆਇਆ।
ਆਪਾਂ ਉਹਦੇ ਵੀ ਕੁਛ ਜਿਹੜੇ ਸ਼ੋਟ ਆ ਜੇ ਲਏ ਗਏ ਤਾਂ ਲੈ ਕੇ ਤੁਹਾਨੂੰ ਵਿਖਾਵਾਂਗੇ। ਬਾਕੀ ਜਿਪ ਲਾਈਨ, KTS ਬਾਈਕ ਆ ਗਏ, ਹੋਰ ਕਈ ਛੋਟੀਆਂ ਮੋਟੀਆਂ ਐਕਟੀਵਿਟੀਜ਼ ਜਿਹੜੀਆਂ ਇੱਥੇ ਰਨਿੰਗ ਹੋ ਚੁੱਕੀਆਂ ਨੇ, ਅਤੇ ਮੈਨੂੰ ਪੂਰੀ ਉਮੀਦ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਪੈਰਾਗਲਾਈਡਿੰਗ ਜਿਹੜੀ ਆ ਉਹ ਵੀ ਇੱਥੇ ਸ਼ੁਰੂ ਹੋ ਜਾਊਗੀ। ਬੱਚਿਆਂ ਦੇ ਲਈ ਕੁਛ ਖਾਸ ਐਕਟੀਵਿਟੀਜ਼ ਆ ਜਿਵੇਂ ਤੁਹਾਨੂੰ ਮੈਂ ਸਾਹਮਣੇ ਵਿਖਾ ਹੀ ਰਿਹਾ ਹੈਗਾ। ਖੈਰ ਜੇ ਗ੍ਰੀਨਰੀ ਦੀ ਗੱਲ ਕਰੀਏ ਤਾਂ ਪੂਰੀ ਗ੍ਰੀਨਰੀ ਹੈਗੀ ਇੱਥੇ। ਲਓ ਜੀ, ਇਹ ਜੰਪਿੰਗ ਦਾ ਹੈਗਾ ਜਿਹੜਾ ਬੱਚਿਆਂ ਦੇ ਲਈ, ਇਹ ਵੀ ਇੱਕ ਬਿਲਡਿੰਗ ਨਵੀਂ ਬਣ ਰਹੀ ਹੈਗੀ। ਖੈਰ ਅੱਗੇ ਨਾਲੋਂ ਡਿਵੈਲਪਮੈਂਟ ਦੇ ਵਿੱਚ ਤਾਂ ਕਾਫੀ ਜ਼ਿਆਦਾ ਹੈ, ਬਸ ਹੁਣ ਗੌਰਮੈਂਟ ਵੱਲੋਂ ਥੋੜ੍ਹਾ ਹੈਗਾ ਵੀ ਉਹ ਇਹਨੂੰ ਥੋੜ੍ਹਾ ਤਰਜੀਹ ਦੇਵੇ ਤਾਂ ਜੋ ਪੰਜਾਬ ਦਾ ਜਿਹੜਾ ਟੂਰਿਜ਼ਮ ਉਹਨੂੰ ਖਿੱਚਿਆ ਜਾ ਸਕੇ। ਜੇ ਵੇਖਿਆ ਜਾਵੇ ਤਾਂ ਟੂਰਿਜ਼ਮ ਸਪੋਰਟਾਂ ਦਾ ਬਹੁਤ ਜ਼ਿਆਦਾ ਹੱਥ ਹੁੰਦਾ ਕਿਸੇ ਸਟੇਟ ਦੀ ਡਿਵੈਲਪਮੈਂਟ ਵਾਸਤੇ। ਜਿਵੇਂ ਕਿ ਮੈਂ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓਜ਼ ਵਿੱਚ ਗੱਲ ਕਰਦਾ ਆ ਰਿਹਾ ਕਿ ਟੂਰਿਜ਼ਮ, ਜੇ ਆਪਾਂ ਗੱਲ ਕਰੀਏ ਹਿਮਾਚਲ ਦੀ, ਤਾਂ ਹਿਮਾਚਲ ਨੇ ਜਿਹੜੀ ਆਪਦੀ ਮੁੱਖ ਤਰੱਕੀ ਹੈਗੀ ਉਹ ਟੂਰਿਜ਼ਮ ਦੇ ਸਿਰ 'ਤੇ ਕੀਤੀ ਆ। ਜਿਹੜੀ ਉੱਥੋਂ ਦੀ ਹੋਟਲ ਲਾਈਨ, ਰੈਸਟੋਰੈਂਟ ਲਾਈਨ, ਬਹੁਤ ਸਾਰੀਆਂ ਉੱਥੋਂ ਦੀਆਂ ਜਿਹੜੀਆਂ ਲੋਕੇਸ਼ਨਸ ਹੈਗੀਆਂ ਉਹ ਟੂਰਿਜ਼ਮ 'ਤੇ ਡਿਪੈਂਡ ਕਰਦੀਆਂ ਨੇ। ਜਿਵੇਂ ਆਪਾਂ ਟੂਰਿਜ਼ਮ ਦੀ ਗੱਲ ਕਰ ਰਹੇ ਹਾਂਗੇ ਹਿਮਾਚਲ ਦੀ, ਉੱਦਾਂ ਹੀ ਜੇ ਆਪਾਂ ਸਟੇਟਾਂ ਤੋਂ ਬਾਹਰ ਨਿਕਲ ਕੇ, ਇੰਡੀਆ ਤੋਂ ਬਾਹਰ ਨਿਕਲ ਕੇ ਵੀ ਗੱਲ ਕਰੀਏ, ਜਿਹੜੇ ਜਿਹੜੇ ਕੰਟਰੀ ਦਾ ਟੂਰਿਜ਼ਮ ਚੰਗਾ ਹੈ, ਤਗੜਾ ਹੈ, ਜਿੱਥੇ ਟੂਰਿਸਟ ਬਹੁਤ ਜ਼ਿਆਦਾ ਪੈਂਦੇ ਆ, ਤਾਂ ਉਹਨਾਂ ਮੁਲਕਾਂ ਦੀ ਜਿਹੜੀ ਤਰੱਕੀ ਹੈਗੀ ਉਹ ਵੇਖਣ ਨੂੰ ਤੁਹਾਨੂੰ ਸਾਰੇ ਕਿਤੇ ਮਿਲ ਰਹੀ ਆ। ਜੇ ਆਪਾਂ ਉਦਾਹਰਣ ਦੇ ਤੌਰ 'ਤੇ ਏਸ਼ੀਆ ਦੇ ਵਿੱਚ ਆਪਣੇ ਸਭ ਤੋਂ ਨੇੜੇ ਪੈਂਦੇ ਗਵਾਂਢੀ ਮੁਲਕਾਂ ਦੇ ਵਿੱਚੋਂ ਇੱਕ ਸਿੰਗਾਪੁਰ ਦੀ ਗੱਲ ਕਰੀਏ, ਤਾਂ ਉੱਥੋਂ ਦੀ ਜਿਹੜੀ ਤਰੱਕੀ ਆਪਾਂ ਨੂੰ ਵੇਖਣ ਨੂੰ ਮਿਲ ਰਹੀ ਹੈਗੀ ਕਿ ਅੱਜ ਉਹਦਾ ਜਿਹੜਾ ਡੋਲਰ ਆ ਉਹ ਕੈਨੇਡਾ ਨੂੰ ਵੀ ਘੱਟ ਰਿਹਾ ਹੈ। ਹਾਲਾਂਕਿ ਜਿਹੜਾ ਕੰਟਰੀ ਬਹੁਤ ਛੋਟਾ ਹੈਗਾ, ਉਹਦਾ ਜਿਹੜਾ ਇਲਾਕਾ ਬਹੁਤ ਛੋਟਾ ਹੈਗਾ, ਤਾਂ ਜਿੱਥੋਂ ਤੀਕਰ ਮੈਨੂੰ ਉਹਦੀ ਇਨਫੋਰਮੇਸ਼ਨ ਹੈਗੀ ਆ ਵੀ ਕੋਈ 70-80 ਕਿਲੋਮੀਟਰ ਲੰਬਾਈ ਦੇ ਵਿੱਚ, 40-45 ਕਿਲੋਮੀਟਰ ਚੜ੍ਹਾਈ ਦੇ ਵਿੱਚ ਆ। ਅਤੇ ਆਪਾਂ ਜਿਵੇਂ ਗੱਲ ਕਰਦੇ ਸ਼ੂਟਿੰਗ ਦੀ, ਇਹ ਸ਼ੂਟਿੰਗ ਰੇਂਜ ਆ, ਅਤੇ ਇਹ ਜਿਹੜੇ ਬਲੈਕ ਕਲਰ ਦੇ ਵਿੱਚ ਉਹ ਲੱਗੇ ਹੋਏ ਆ, ਇਹ ਆਪਾਂ ਜਿਹੜਾ ਸ਼ੂਟਿੰਗ ਕੀਤੀ ਉਹਦਾ ਨਿਸ਼ਾਨੇ ਦੇ ਹੋਲ ਹੋਏ ਹੋਏ ਆ ਜੀ ਮੋਰੀਆਂ। ਅਤੇ ਬੱਚੇ ਵੀ ਇੱਥੇ ਪੂਰਾ ਇੰਜੋਏ ਕਰ ਰਹੇ ਹੈਗੇ। ਅਤੇ ਆਪਾਂ ਜਿਵੇਂ ਗੱਲ ਕਰ ਰਹੇ ਸੀ ਸਿੰਗਾਪੁਰ ਦੀ, ਤਾਂ ਉੱਥੋਂ ਦੀ ਤਰੱਕੀ ਆਪਾਂ ਨੂੰ ਆਮ ਵੇਖਣ ਨੂੰ ਮਿਲ ਰਹੀ ਆ। ਅਤੇ ਜੇ ਆਪਣੇ ਨੇੜੇ ਹੋਰ ਗੱਲ ਕਰਦੇ ਆਪਾਂ ਫਿਲਪਾਈਨ ਦੀ, ਆਪਾਂ ਮਨੀਲਾ ਵਗੈਰਾ ਦੀ ਗੱਲ ਕਰਦੇ ਹਾਂਗੇ, ਜਾਂ ਆਪਾਂ ਇੰਡੋਨੇਸ਼ੀਆ ਦੀ ਗੱਲ ਕਰਦੇ ਹਾਂ, ਥਾਈਲੈਂਡ ਮਲੇਸ਼ੀਆ ਦੀ ਗੱਲ ਕਰਦੇ ਹਾਂ, ਤਾਂ ਉੱਥੋਂ ਦੀਆਂ ਵੀ ਜਿਹੜੀਆਂ ਟੂਰਿਜ਼ਮ ਦੇ ਲਈ ਸਟੇਟਾਂ ਜਿਹੜੀਆਂ ਅੱਗੇ ਆ ਰਹੀਆਂ ਨੇਗੀਆਂ, ਟੂਰਿਜ਼ਮ ਨੂੰ ਬੜਾਵਾ ਦੇ ਰਹੀਆਂ, ਤਾਂ ਉਹਨਾਂ ਦੀ ਬਹੁਤ ਜ਼ਿਆਦਾ ਤਰੱਕੀ ਆ ਉਹਨਾਂ ਦੇ ਬਾਕੀ ਕੰਟਰੀ ਦੀਆਂ ਬਾਕੀ ਸਟੇਟਸ ਨਾਲੋਂ। ਅਤੇ ਇਹ ਜੀ ਥੋੜ੍ਹੇ ਛੋਟੇ ਜਿਹੜੇ ਉੱਥੇ ਬੈਂਬੂਸ ਬਣੇ ਹੋਏ ਹੈਗੇ ਬੈਠਣ ਦੇ ਲਈ। ਅਤੇ ਜਿਵੇਂ ਆਪਾਂ ਗੱਲ ਕਰ ਰਹੇ ਸੀ ਸੇਵਾ ਸੰਭਾਲ ਦੀ, ਤਾਂ ਹੁਣ ਇਹਦੀ ਇੱਕ ਜਿਵੇਂ ਗਾਵਾਂ ਵਿੱਚ ਫਿਰ ਰਹੀਆਂ ਨੇ, ਜੇ ਪਲਾਂਟਸ ਲਾਵਾਂਗੇ ਤਾਂ ਕੀ ਕੀਤਾ ਜਾਊਗਾ ਕਿ ਪਸ਼ੂ ਵੀ ਅੰਦਰ ਫਿਰ ਰਹੇ ਆ। ਦੇਖੋ ਇਹੋ ਜਿਹੀਆਂ ਤਾਂ ਆਪਣੀਆਂ ਟੂਰਿਜ਼ਮ ਸਪੋਰਟਸ ਨੇ। ਇੱਦਾਂ ਆਪਾਂ ਗੱਲ ਕਰ ਰਹੇ ਸੀਗੇ ਵੀ ਇਹਨਾਂ ਨੂੰ ਸੰਭਾਲਣ ਦੀ ਲੋੜ ਹੈਗੀ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ, ਲਓ ਜੀ ਆਪਾਂ ਬਾਹਰ ਨਿਕਲ ਚੁੱਕੇ ਹਾਂਗੇ, ਇਹ ਸਾਹਮਣੇ ਚੌਂਕ ਦੀ ਆਪਾਂ ਗੱਲ ਕਰਦੇ ਸੀ ਤਾਂ ਚੌਂਕ ਆਪਾਂ ਨੂੰ ਵਿਖਾਈ ਦੇ ਰਿਹਾ ਹੈ। ਅਤੇ ਹੁਣ ਆਪਾਂ ਇਸ ਤੋਂ ਬਾਅਦ ਅੱਗੇ ਵਧਾਂਗੇ ਚੌਂਕ ਦਾ ਟਰਨ ਲੈ ਕੇ, ਅਤੇ ਫਿਰ ਆਪਾਂ ਚੱਲਾਂਗੇ ਪਟਨੀਟੋਪ, ਅਤੇ ਉੱਥੋਂ ਦੇ ਆਪਾਂ ਤੁਹਾਨੂੰ ਨਵੀਆਂ ਨਵੀਆਂ ਲੋਕੇਸ਼ਨਾਂ ਵਿਖਾਵਾਂਗੇ ਅਤੇ ਬਹੁਤ ਵਧੀਆ ਵਲੋਗਸ ਅੱਗੇ ਲੈ ਕੇ ਆ ਰਹੇ ਹਾਂ। ਤੁਸੀਂ ਬਣੇ ਰਹੋ, ਜੁੜੇ ਰਹੋ, ਮਿਲਦੇ ਹਾਂ ਜਲਦੀ ਤੁਹਾਨੂੰ ਨਵੀਂ ਲੋਕੇਸ਼ਨ, ਨਵੀਂ
ਵੀਡੀਓ ਦੇ ਨਾਲ। ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਾਂਦੇ ਜਾਂਦੇ ਫਿਰ ਇੱਕ ਬੇਨਤੀ ਕਰਦੇ ਹਾਂ ਕਿ ਕਾਇੰਡਲੀ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਲਾਈਕ ਅਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ।